ਤੁਸੀਂ ਦਾਵਾ ਕੀਤਾ ਬਿਲਕੁਲ ਯਕੀਨ ਦੇ ਨਾਲ ਹੈ ਫੇਥ ਦੀ ਗੱਲ ਹੈ ਧਰਮ ਫੇਥ ਦੀ ਗੱਲ ਹੈ ਫੇਥ ਤੋਂ ਬਿਨਾਂ ਕੁਛ ਨਹੀਂ ਜਿਸ ਦਾ ਵਿਸ਼ਵਾਸ ਹੈ ਉਹ ਜਿਹੜਾ ਹੈ ਉਹਦੇ ਚ ਲੈ ਜਾਏਗਾ ਇਹ ਇਹ ਇਹਦੇ ਬਾਰੇ ਮੈਂ ਤੁਹਾਡਾ ਫੇਥ ਹੈ ਬਿਲਕੁਲ ਸਹੀ ਗੱਲ ਹੈ ਲੇਕਿਨ ਤੁਹਾਡਾ ਇੱਕ ਵਿਸ਼ਵਾਸ ਜਿੱਥੇ ਡੋਲਿਆ ਜਦੋਂ ਤੁਸੀਂ ਬੰਬੇ ਤੋਂ ਇੱਥੇ ਆਏ ਮੁੜ ਕੇ ਤੁਹਾਡੇ ਮੁਤਾਬਕ ਤੁਸੀਂ ਸਭ ਕੁਛ ਛੱਡ ਛੁੜਾ ਕੇ ਆਏ 12 ਸਾਲ ਹੋ ਗਏ ਤੁਹਾਨੂੰ ਛੱਡਿਆ ਨੂੰ ਅਤੇ ਤੁਹਾਨੂੰ ਬਹੁਤ ਜਿਹੜੇ ਸੀਰੀਅਲ ਮਿਲਦੇ ਸੀ ਤੁਸੀਂ ਆਏ ਸੀ ਇਸ ਆਸ ਦੇ ਵਿੱਚ ਜਦੋਂ ਮੈਂ ਸਿੱਖੀ ਦੀ ਗੱਲ ਕਰਾਂਗਾ ਅਤੇ ਪੰਜਾਬ ਦੀ ਜਿਹੜੀ ਘੱਟੋ ਘੱਟ ਪੰਜਾਬੀ ਕੌਮ ਅਤੇ ਸਿੱਖ ਕੌਮ ਜਿਹੜੀ ਹੈ ਤੁਹਾਨੂੰ ਅੱਖਾਂ 'ਤੇ ਬਿਠਾ ਲਏਗੀ ਅਤੇ ਤੁਹਾਡੇ ਸਪੋਰਟ ਕਰੇਗੀ ਖਾਸ ਤੌਰ 'ਤੇ ਉਹ ਲੋਕ ਜਿਹੜਾ ਇਹ ਦਾਅਵਾ ਕਰਦੇ ਨੇ ਅਸੀਂ ਸਿੱਖੀ ਦੀ ਸੇਵਾ ਕਰਦੇ ਹਾਂ ਜਿਨ੍ਹਾਂ 'ਚੋਂ ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਬਹੁਤ ਵੱਡੇ ਵੱਡੇ ਸੰਤ ਸਾਧ ਜਿਹੜੇ ਲੱਗੇ ਹੋਏ ਨੇ ਅਤੇ ਇਹ ਜਿਹੜਾ ਵਿਸ਼ਵਾਸ ਤੁਹਾਡਾ ਕਿੰਨਾ ਕੁ ਬਰਕਰਾਰ ਰਿਹਾ ਜਾਂ ਡੋਲਿਆ ਇੱਕ ਵਿਸ਼ਵਾਸ ਬਾਰੇ ਜਿਹੜਾ ਸ਼ੁਰੂ ਤੁਸੀਂ ਗੱਲ ਕੀਤੀ ਹੈ ਮੈਂ ਜ਼ਰੂਰ ਕਹਿਣਾ ਚਾਹੂੰਗਾ ਕਿ ਅਸੀਂ ਇਹਨਾਂ ਫਿਲਮਾਂ ਬਾਰੇ ਕਿਉਂਕਿ ਵਿਸ਼ਵਾਸ ਸਾਨੂੰ ਬਾਅਦ 'ਚ ਆਉਂਦਾ ਅਸੀਂ ਸੁਣਨ 'ਤੇ ਜ਼ੋਰ ਦਿੰਦੇ ਹਾਂ ਬਹੁਤ ਸਾਰੇ ਲੋਕ ਕਹਿੰਦੇ ਫੇਥ ਹੀਲਿੰਗ ਹੈ ਇਹ ਪਰ ਮੇਰੀ ਤੁੱਛ ਬੁੱਧੀ ਦੇ ਮੁਤਾਬਕ ਹੈ ਹੇਅਰ ਟੂ ਹੀਲ ਸੁਣ ਸੁਣਿਆ ਦੁੱਖ ਪਾਪ ਕਾ ਨਾਸ ਜੀ ਠੀਕ ਹੈ ਜੀ ਔਰ ਸਰਬ ਰੋਗ ਕਾ ਔਖਾ ਨਾਮ ਹੈ ਇਹ ਇੰਨੀ ਗੱਲ ਹੀ ਹੈ ਮੰਨੇ ਕੀ ਗੱਤ ਕਹੀ ਨਾ ਜਾਏ ਅਤੇ ਮੰਨਣ 'ਤੇ ਜਾਏ ਗੱਲ ਖਤਮ ਹੋ ਜਾਂਦੀ ਹੈ ਇਹ ਫੇਥ ਹੀਲਿੰਗ ਬਾਅਦ 'ਚ ਆਉਂਦੀ ਹੈ ਪਰ ਕੁਛ ਲੋਕ ਕਹਿੰਦੇ ਆ ਉਹਨਾਂ ਦੇ ਆਪਣਾ ਆਪਣਾ ਨਜ਼ਰੀਆ ਜਿਵੇਂ ਕਹਿ ਕੇ ਕੋਈ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਹਰ ਆਦਮੀ ਦਾ ਆਪਣਾ ਪਰਸੈਪਸ਼ਨ ਹੈ ਜਿੰਨੀ ਕੁ ਉਹਦੀ ਸਮਝ ਆ ਉਹ ਸਭ ਨਾਲ ਉਹ ਗੱਲ ਕਰਦਾ ਹੈਗਾ ਗਲਤ ਕੋਈ ਨਹੀਂ ਸਾਰੇ ਹੀ ਆਪਣੀ ਆਪਣੀ ਥਾਂ 'ਤੇ ਸਹੀ ਹੈ ਪਰ ਪਰਸੈਪਸ਼ਨ ਵੱਖਰੀ ਹੋ ਸਕਦੀ ਹੈਗੀ ਹੈ ਸੋ ਇਸ ਕਰਕੇ ਇੱਕ ਤਾਂ ਇਹ ਕਿ ਉਹ ਸੁਣਿਆ ਦੁੱਖ ਪਾਪ ਕਾ ਨਾਸ ਤੇਜ ਕਰਦੇ ਕਿਉਂਕਿ ਸਾਰੇ ਹੀ ਬੰਦੇ ਜਦੋਂ ਸਾਰੇ ਦਰਵਾਜ਼ੇ ਬੰਦ ਹੋ ਜਾਂਦੇ ਆ ਉਦੋਂ ਗੁਰੂ ਦੇ ਸ਼ਰਨ 'ਚ ਆਉਂਦੇ ਹੈਗੇ ਚਰਨੀ ਲੱਗਦੇ ਆ ਜੋ ਡਾਕਟਰ ਨੇ ਮਨਾ ਕਰਤਾ ਉਦੋਂ ਸੁਣਨਾ ਸ਼ੁਰੂ ਕਰਦੇ ਆ ਅਤੇ ਉਹ ਸੁਣਨ ਨਾਲ ਉਹਨਾਂ ਜਦੋਂ ਆਰਾਮ ਆ ਜਾਂਦਾ ਵਿਸ਼ਵਾਸ ਬਾਅਦ 'ਚ ਆਉਂਦਾ ਪਹਿਲਾਂ ਸ਼ੱਕ ਹੁੰਦਾ ਹੈ ਪਤਾ ਨਹੀਂ ਠੀਕ ਹੋਊ ਕਿ ਨਹੀਂ ਹੋਊ ਜਦੋਂ ਤੱਕ ਮੇਰੇ ਵਿਸ਼ਵਾਸ ਦੀ ਗੱਲ ਹੈਗੀ ਹੈ ਮੇਰੀ ਇਹੀ ਜਰਨੀ ਸੀ ਮੇਰੀ ਇਹੀ ਡੈਸਟੀਨੀ ਸੀ ਮੇਰਾ ਇਹੀ ਨਸੀਬ ਸੀ ਤੁਸੀਂ ਇਸ ਵਿਸ਼ਵਾਸ ਨਾਲ ਆਏ ਸੀ ਤੁਹਾਡੀ ਮਦਦ ਕਰਨਗੇ ਬਿਲਕੁਲ ਅਕਾਲੀ ਸਰਕਾਰ ਹੈ ਤੁਹਾਡੀ ਮਦਦ ਕਰੂ ਐਸ ਜੀ ਪੀ ਤੁਹਾਡੀ ਮਦਦ ਕਰੂ ਕੀਤੀ ਉਹਨਾਂ ਨੇ ਮਦਦ ਐਸ ਜੀ ਪੀ ਸੀ ਤੋਂ ਤਾਂ ਮੈਂ ਇਹ ਕਹਿੰਦਾ ਕਿ ਜੇ ਮੈਨੂੰ ਸ਼ੂਟਿੰਗ ਕਰ ਲੈਣ ਦਿੰਦੇ ਉੱਥੇ ਤੇ ਇਹੀ ਉਹਨਾਂ ਦੀ ਮਦਦ ਹੈ ਤਾਂ ਉਹਨਾਂ ਨੇ ਕਰਨ ਦਿੱਤੀ ਤੁਹਾਨੂੰ ਸ਼ੂਟਿੰਗ ਕਰ ਦਿੱਤੀ ਇੱਕ ਅੱਧੀ ਨਹੀਂ ਵੀ ਕਰ ਦਿੱਤੀ ਕਿਸ ਬਿਨਾਹ ਤੇ ਰੋਕਿਆ ਕਿ ਸਾਡੇ ਬੰਦੇ ਆਉਣਗੇ ਮਰਿਆਦਾ ਦੇ ਨਾਲ ਪਰਮਿਸ਼ਨ ਉਹ ਲਿਖਾ ਪੜ੍ਹੀ ਦਾ ਕੰਮ ਕਾਗਜ਼ੀ ਕਾਰਵਾਈ ਦੇ ਚੱਕਰ 'ਚ ਲਿਜਾਈ ਰੱਖਿਆ ਪਰ ਗੁਰੂ ਨੇ ਮੇਰੀ ਸ਼ੂਟਿੰਗ ਕਰਵਾਈ ਮੇਰੀ ਇੱਕ ਦਿਨ ਦੀ ਜਿਹੜੀ ਬਹੁਤ ਵਧੀਆ 24 ਘੰਟੇ ਜਿਹੜੀ ਗੁਰੂ ਨਹੀਂ ਉਹ ਨਹੀਂ ਉਦੋਂ ਪ੍ਰੋਬਲਮ ਨਹੀਂ ਸੀ ਰੀਸੈਂਟਲੀ ਗੱਲ ਹੈ ਅੱਛਾ ਗੁਰਬਾਣੀ ਦੇ ਕੌਤਕ ਵੇਲੇ ਅੱਛਾ ਗੁਰੂ ਨੇ ਸ਼ੂਟਿੰਗ ਕਰਵਾਈ ਗੁਰੂ ਨੇ ਕਰਵਾਈ ਮੈਂ ਕਹਿੰਦਾ ਔਰ ਪ੍ਰਮਾਣ ਦੇ ਸਕਦਾ ਗੁਰੂ ਨੇ ਕਿਵੇਂ ਕਰਵਾਈ ਗੁਰੂ ਨੇ ਕਰਵਾਈ ਖੈਰ ਵਿਸ਼ਵਾਸ ਡਗਮਗਾਇਆ ਨਹੀਂ ਕਿਉਂਕਿ ਜੇ ਵਿਸ਼ਵਾਸ ਡਗਮਗਾ ਜਾਂਦਾ ਮੈਂ ਭੱਜ ਜਾਂਦਾ ਔਰ ਮੈਂ ਇਹ ਵੀ ਕਹਿ ਸਕਦਾ ਹਾਂ ਕਿ ਜਿਹੜਾ ਗੁਰੂ ਨਾਲ ਜਾਂ ਸਾਹਿਬ ਨਾਲ ਤੁਹਾਡਾ ਰਿਸ਼ਤਾ ਨਾ ਇਹ ਵਿਅਕਤੀਗਤ ਹੈ ਧੰਨੇ ਦਾ ਆਪਣਾ ਰਿਸ਼ਤਾ ਸੀ ਕਿਸੇ ਦਾ ਜੱਟ ਜੱਫਾ ਇਹਨੂੰ ਤੁਸੀਂ ਕੈਟਾਗਰਾਈਜ਼ ਨਹੀਂ ਕਰ ਸਕਦੇ ਕਿ ਸਾਰਿਆਂ ਦਾ ਐਂ ਹੁੰਦਾ ਹੋਊਗਾ ਮੇਰਾ ਆਪਣਾ ਨਹੀਂ ਤੁਸੀਂ ਤੁਸੀਂ ਮੇਰਾ ਸਵਾਲ ਸ਼ਾਇਦ ਨਹੀਂ ਮੈਂ ਇਹ ਕਹਿਣਾ ਚਾਹੁੰਦਾ ਕਿ ਮੰਗਲ ਢਿੱਲੋਂ ਇੱਕ ਪਾਸੇ ਦੋ ਗੱਲਾਂ ਨੇ ਇੱਕ ਤਾਂ ਲੋਕਾਂ ਦਾ ਵਿਸ਼ਵਾਸ ਉਹਨੇ ਕੰਮ ਕੀਤਾ ਕਿ ਮੈਨੂੰ ਗੁਰੂ ਕਹਿੰਦਾ ਕਿ ਸੇਵਾ ਕਰੋ ਜ਼ਰੂਰਤ ਹੈ ਇਹ ਗੱਲ ਅਸੀਂ ਮੰਨਦੇ ਹਾਂ ਕਿ ਜਿਹੜੇ ਵਿਸ਼ੇ 'ਤੇ ਤੁਸੀਂ ਗੱਲ ਕਰ ਰਹੇ ਹੋ ਉਸ 'ਤੇ ਗੱਲ ਕਰਨ ਦੀ ਜ਼ਰੂਰਤ ਹੈ ਖਾਸ ਤੌਰ 'ਤੇ ਇਲੈਕਟ੍ਰੋਨਿਕ ਮੀਡੀਆ 'ਚ ਜਾਣ ਦੀ ਜ਼ਰੂਰਤ ਹੈ ਜਿਹਦੇ ਵਿੱਚ ਸਿੱਖ ਕੌਮ ਬਹੁਤ ਪਿੱਛੇ ਹੈ ਮੈਂ ਕਈ ਵਾਰੀ ਢਿੱਲੋਂ ਸਾਹਿਬ ਇਹ ਗੱਲ ਕੀਤੀ ਹੈ ਕਿ ਸਿੱਖਾਂ ਦੇ ਕੋਲ ਜਾਂ ਐਸ ਜੀ ਪੀ ਕੋਲ ਇੰਨਾ ਪੈਸਾ ਲੇਕਿਨ ਆਪਣਾ ਕੋਈ ਚੈਨਲ ਨਹੀਂ ਆਪਣੀ ਕੋਈ ਗੱਲਬਾਤ ਨਹੀਂ ਹੈ ਇਹਨਾਂ ਦੀ ਗੁਰਬਾਣੀ ਵੀ ਵੱਖ ਵੱਖ ਚੈਨਲਾਂ ਨੂੰ ਵੇਚਣੀ ਪਈ ਜਾਂ ਉਹਨੇ ਜਿਹੜੇ ਰਾਈਟਸ ਦੇਣੇ ਪਏ ਆਪਦਾ ਚੈਨਲ ਵੀ ਚਲਾ ਸਕਦੇ ਇਹ ਗੱਲਾਂ ਇੱਕ ਕਿਸੇ ਹੋਰ ਵਿਸ਼ੇ 'ਤੇ ਕਿਸੇ ਵੇਲੇ ਫਿਰ ਕਰ ਸਕਦੇ ਹਾਂ ਲੇਕਿਨ ਜਿਹੜਾ ਤੁਸੀਂ ਖਾਲਸਾ ਤੋਂ ਲੈ ਕੇ ਜਿਹੜੇ 4-5 ਫਿਲਮਾਂ ਈਵਨ ਸਰਵਨਾਸ਼ ਜਿਹੜੀ ਉਹ ਨਸ਼ੇ ਪੰਜਾਬ ਦਾ ਹਰ ਜਿਹੜਾ ਬੰਦਾ ਮਤਲਬ 70% ਜਿਹੜਾ ਮੈਨੂੰ ਲੱਗਦਾ ਕਿ ਬੜਾ ਅਫਸੋਸ ਹੈ ਕਿ ਉਹ ਨਸ਼ਿਆਂ ਦੇ ਵਿੱਚ ਗਲਤਾਨ ਹੋ ਰਿਹਾ ਪੰਜਾਬ ਹੁਣ ਇਹ ਸਾਰਾ ਕੁਛ ਤੁਸੀਂ ਕਰ ਰਹੇ ਹੋ ਇਹ ਕਰਨਾ ਬਹੁਤ ਸਾਰੇ ਲੋਕਾਂ ਨੂੰ ਹੋਰ ਵੀ ਚਾਹੀਦਾ ਸੀ ਪੋਲੀਟੀਕਲ ਪਾਰਟੀਜ਼ ਵੀ ਕਰਦੀਆਂ ਨੇ ਨਾਰੇ ਵੀ ਦਿੰਦੀਆਂ ਨੇ ਮੇਰਾ ਤਾਂ ਸਿਰਫ ਸਵਾਲ ਇਹ ਸੀ ਕਿ ਸਿਆਸੀ ਬੰਦਿਆਂ ਤੋਂ ਧਾਰਮਿਕ ਬੰਦਿਆਂ ਤੋਂ ਅਤੇ ਆਮ ਲੋਕਾਂ ਤੋਂ ਤਿੰਨਾਂ ਤੋਂ ਤੁਹਾਨੂੰ ਕਿਹਦੇ ਵਿਸ਼ਵਾਸ ਰਿਹਾ ਜਾਂ ਕਿਹਦੇ ਵਿਸ਼ਵਾਸ ਡੋਲਿਆ ਕਿਹਨੇ ਤੁਹਾਨੂੰ ਰਿਸਪੋਂਸ ਦਿੱਤਾ ਇਹ ਸਵਾਲ ਸੀ ਮੇਰੇ ਵਿਸ਼ਵਾਸ ਦਾ ਦਾਇਰਾ ਤਾਂ ਮੇਰੇ ਨਾਲ ਕੀਤਾ ਗਿਆ ਸਹਿਯੋਗ ਹੈ ਠੀਕ ਹੈ ਉਹ ਸਹਿਯੋਗ ਜੇ ਮਿਲਿਆ ਹੁੰਦਾ ਤੁਹਾਨੂੰ ਇਹ ਸਾਰੀਆਂ ਫਿਲਮਾਂ ਸਾਰੇ ਪੰਜਾਬ 'ਚ ਸਾਰੀ ਦੁਨੀਆਂ 'ਚ ਪਹੁੰਚੀਆਂ ਹੁੰਦੀਆਂ ਨਹੀਂ ਪਹੁੰਚੀਆਂ ਨਹੀਂ ਪਹੁੰਚੀਆਂ ਕਾਰਨ ਇਹੀ ਹੈ ਕਿ ਸਹਿਯੋਗ ਨਹੀਂ ਮਿਲਿਆ ਉਹਦੇ ਸਹਿਯੋਗ ਕੀ ਪੈਸਾ ਨਹੀਂ ਮਿਲਿਆ ਪੈਸਾ ਵੀ ਨਹੀਂ ਮਿਲਿਆ ਅਤੇ ਉਹਦੇ ਨਾਲ ਨਾਲ ਜੇ ਉਹਨਾਂ ਫਿਲਮਾਂ ਨੂੰ ਵਿਖਾਉਣ ਵਾਸਤੇ ਐਸ ਜੀ ਪੀ ਸੀ ਜਾਂ ਜਿਹੜੇ ਡੇਰਾ ਸਮਾਜ ਹੈ ਸੰਤ ਸਮਾਜ ਹੈ ਜਾਂ ਹੋਰ ਜਥੇਬੰਦੀਆਂ ਹੈਗੀਆਂ ਨਾ ਐਨ ਜੀ ਓਜ਼ ਹੈ ਜੇ ਉਹ ਅੱਗੇ ਆਉਂਦੇ ਤਾਂ ਘੱਟੋ ਘੱਟ ਫਿਲਮ ਨੂੰ ਵਿਖਾ ਤਾਂ ਸਕਦੇ ਅਸੀਂ ਉਹਨਾਂ ਨੂੰ ਅਪਰੋਚ ਕੀਤਾ ਕਾਫੀ ਉਹਨੂੰ ਅਪਰੋਚ ਕੀਤਾ ਐਸ ਜੀ ਪੀ ਸੀ ਨੂੰ ਅਪਰੋਚ ਕੀਤਾ ਅਪਰੋਚ ਕੀਤਾ ਜਵਾਬ ਆ ਗਿਆ ਇੱਕ ਵਾਰੀ ਮੱਕੜ ਸਾਹਿਬ ਨੇ ਆ ਜਿਹੜੇ ਸਕੂਲ ਐਸ ਜੀ ਪੀ ਸੀ ਨਾਲ ਸੰਬੰਧਿਤ ਆ ਉਹਨਾਂ ਦੇ ਕਾਲਜ ਦੇ ਵਿੱਚ ਉਹਨਾਂ 'ਚ ਵਿਖਾਈ ਸੀਗੀ ਸਰਵਨਾਸ਼ ਅਤੇ ਦੈਟਸ ਇਟ ਅਤੇ ਖਾਲਸਾ ਖਾਲਸਾ ਨਹੀਂ ਵਿਖਾਈ ਗਈ ਕੀ ਕਾਰਨ ਕੀ ਜਵਾਬ ਦਿੱਤਾ ਗਿਆ ਉਹ ਜਾਣਦੇ ਕਿ ਨਹੀਂ ਉਹ ਉਦੋਂ ਟੌੜਾ ਸਾਹਿਬ ਤੋਂ ਲੈ ਕੇ ਸਾਰਿਆਂ ਨਾਲ ਵੱਖ ਵੱਖ ਸਮਾਂ 'ਤੇ ਮੈਂ ਮਿਲਦਾ ਰਿਹਾ ਅਤੇ ਉਹਨਾਂ ਦੀਆਂ ਆਪਣੀਆਂ
ਤੁਹਾਨੂੰ ਕੀ ਲੱਗਦਾ ਸਿਆਸੀ ਬੰਦਿਆਂ ਦੇ ਕੀ ਪ੍ਰੋਬਲਮਸ ਨੇ ਇਸ ਤਰ੍ਹਾਂ ਦੇ ਕਿਉਂ ਨਹੀਂ ਸਹਿਯੋਗ ਕਰਦੇ ਜਦੋਂ ਕਿ ਐਪਟੀਟਿਊਡ ਦੀ ਪ੍ਰੋਬਲਮ ਹੈ ਐਪਟੀਟਿਊਡ ਕਿਉਂਕਿ ਐਗਜ਼ੈਕਟਲੀ ਕਿਉਂਕਿ ਇੱਕ ਆਦਮੀ ਕਿਤਾਬ ਲਿਖ ਰਿਹਾ ਹੈ ਉਹਨੂੰ ਲੱਗਦਾ ਮੈਂ ਕਿਤਾਬ ਨਾਲ ਹੀ ਕੌਮ ਬਚਾਉਣੀ ਹੈ ਇੱਕ ਆਦਮੀ ਸਿਆਸਤ ਕਰ ਰਿਹਾ ਉਹ ਕਹਿੰਦਾ ਮੈਂ ਸਿਆਸਤ ਨਾਲ ਹੀ ਬਚਾਉਣੀ ਹੈ ਇੱਕ ਆਦਮੀ ਡੇਰਾ ਖੋਲ ਕੇ ਬੈਠਾ ਹੈ ਜਾਂ ਕੋਈ ਸੰਤ ਸਮਾਜ ਹੈ ਇੱਕ ਕਥਾ ਕਰਦਾ ਹੈਗਾ ਉਹ ਕਹਿੰਦਾ ਮੈਂ ਕਥਾ ਨਾਲ ਬਚਾਉਣੀ ਹੈ ਹਰ ਆਦਮੀ ਦੀ ਆਪਦੀ ਪਰਸੈਪਸ਼ਨ ਹੈ ਉਹਨੂੰ ਲੱਗਦਾ ਹੈ ਕਿ ਜਿਹੜਾ ਤਰੀਕਾ ਮੈਨੂੰ ਜਚਿਆ ਨਾ ਜਿਹੜਾ ਸੁਝਿਆ ਇਹ ਅਲਟੀਮੇਟ ਹੈ ਇਸ ਕਰਕੇ ਦੂਜੇ ਨਾਲ ਉਹ ਆਉਂਦਾ ਨਹੀਂ ਇਹਨਾਂ ਦੇ ਜਵਾਬ ਤੋਂ ਬਾਅਦ ਵੀ ਮੰਗਲ ਢਿੱਲੋਂ ਚੜ੍ਹਦੀ ਕਲਾ 'ਚ ਚੜ੍ਹਦੀ ਕਲਾ ਬਿਲਕੁਲ ਹੁਣ ਅਗਲਾ ਸਵਾਲ ਉਹ ਇਹ ਹੈ ਕਿ ਸੱਚ ਬੋਲਣ ਦੀ ਤੁਸੀਂ ਗੱਲ ਕੀਤੀ ਹੈ ਤੁਸੀਂ ਕਹਿੰਦੇ ਮੈਂ ਜ਼ਰੂਰਤ ਰੱਖਦਾ ਸਕਰਾਤ ਦੀ ਗੱਲ ਵੀ ਤੁਸੀਂ ਕੀਤੀ ਹੈ ਕਿ ਸਕਰਾਤ ਮੰਗ ਮੈਂ ਜ਼ਹਿਰ ਦਾ ਪਿਆਲਾ ਪੀਣ ਲਈ ਵੀ ਤਿਆਰ ਹਾਂ ਇੰਨਾ ਕੁਛ ਸਿੱਖੀ ਨੂੰ ਦਰਪੇਸ਼ ਹੈ ਸਿੱਖੀ ਇੰਨੀ ਬੁਰੀ ਤਰੀਕੇ ਨਾਲ ਵੰਡੀ ਜਾ ਰਹੀ ਹੈ ਮਤਲਬ ਤੁਸੀਂ ਸਿੱਖੀ ਦੇਸ਼ ਦੇ ਵਿੱਚ ਅਤੇ ਵਿਦੇਸ਼ ਦੇ ਵਿੱਚ ਜਿੱਥੇ ਵੀ ਵਿਸ਼ਵ ਦੇ ਵਿੱਚ ਸਿੱਖ ਵੱਸਦੇ ਨੇ ਉਹ ਬੁਰੀ ਤਰੀਕੇ ਨਾਲ ਵੰਡੇ ਹੋਏ ਨੇ ਗੁਰੂ ਨੇ ਸਰਬੱਤ ਦੇ ਭਲੇ ਦੀ ਗੱਲ ਕੀਤੀ ਗੁਰੂ ਨੇ ਪੰਗਤ ਅਤੇ ਲੰਗਰ ਦੀ ਗੱਲ ਕੀਤੀ ਸੰਗਤ ਦੀ ਗੱਲ ਕੀਤੀ ਜਾਤ ਪਾਤ ਸਿਧਾਂਤਕ ਤੌਰ 'ਤੇ ਸਿੱਖੀ 'ਚ ਨਹੀਂ ਹੈ ਅਤੇ ਦੂਜੇ ਪਾਸੇ ਤੁਸੀਂ ਦੇਖੋ ਕਿ ਬੁਰੀ ਤਰੀਕੇ ਨਾਲ ਸਾਰਾ ਕੁਛ ਚੱਲ ਰਿਹਾ ਅਤੇ ਪੰਜਾਬ ਨੇ ਪਿਛਲੇ ਦਿਨ ਬਹੁਤ ਬੁਰੀ ਤਰੀਕੇ ਨਾਲ ਭੁਗਤਿਆ ਇਸ ਤਰ੍ਹਾਂ ਦੇ ਵਿਸ਼ੇ 'ਤੇ ਮੰਗਲ ਢਿੱਲੋਂ ਕਿਉਂ ਚੁੱਪ ਹੈ ਜਦੋਂ ਕੋਈ ਸੱਚ ਬੋਲਣ ਦੀ ਕਸਮ ਖਾਧੀ ਉਹਨੇ ਨਹੀਂ ਸੱਚ ਬੋਲਣ ਦੀ ਇੱਕ ਤਾਂ ਗੱਲ ਇਹ ਹੈਗੀ ਕਿ ਕੀ ਤੁਸੀਂ ਚਾਹੋਗੇ ਕਿ ਮੈਂ ਸੁਖਰਾਤ ਬਣ ਜਾਵਾਂ ਅਤੇ ਜੇ ਅੱਜ ਚਾਰ ਫਿਲਮਾਂ ਅੱਗੇ ਬਣਾਉਣੀਆਂ ਜ਼ਹਿਰ ਦਾ ਪਿਆਲਾ ਪੀ ਕੇ ਮਰ ਜਾਵਾਂ ਤੇ ਗੱਲ ਮੈਂ ਸੱਚ ਬੋਲਣ ਦੀ ਗੱਲ ਕਰਦਾ ਨਹੀਂ ਇੱਕ ਮਿੰਟ ਫਿਰ ਪਹਿਲਾਂ ਤਾਂ ਪੀਣਾ ਪੈਣਾ ਨਾ ਜ਼ਹਿਰ ਦਾ ਤੇ ਫਿਰ ਕੌਣ ਪੀ ਠੀਕ ਹੈ ਗੁਰੂ ਨੇ ਕਿਹਾ ਇੱਕ ਮਿੰਟ ਇੱਕ ਦੀਵਾਨ ਟੋਡਰਮੱਲ ਜਿਹਨੇ ਸਾਹਿਬਜ਼ਾਦਿਆਂ ਦਾ ਅਤੇ ਮਾਤਾ ਜੀ ਦਾ ਅੰਤਿਮ ਸੰਸਕਾਰ ਵੀ ਕੀਤਾ ਉਸ ਜ਼ਾਲਿਮ ਆਦਮੀ ਦੇ ਸਾਹਮਣੇ ਜਿਹਨੇ ਭਾਈ ਮੋਤੀ ਮਹਿਰਾ ਨੂੰ ਦੁੱਧ ਦਾ ਗਲਾਸ ਜਿਹੜਾ ਸਾਹਿਬਜ਼ਾਦਾ ਉਹਨੇ ਪਿਆ ਸੀ ਜਿਹੜਾ ਦੁੱਧ ਪਿਆਉਣ ਪਿੱਛੇ ਦੋ ਦਿਨ ਉਹਨੂੰ ਸਾਰੇ ਪਰਿਵਾਰ ਸਮੇਤ ਕੋਹਲੂ 'ਚ ਪੀੜਤਾ ਅਜਿਹੇ ਜ਼ਾਲਿਮ ਆਦਮੀ ਦੇ ਸਾਹਮਣੇ ਜੇ ਦੀਵਾਨ ਟੋਡਰਮੱਲ ਉਹਨਾਂ ਸਾਹਿਬਜ਼ਾਦਿਆਂ ਦਾ ਅਤੇ ਮਾਤਾ ਜੀ ਦਾ ਅੰਤਿਮ ਸੰਸਕਾਰ ਸਤਿਕਾਰ ਸਹਿਤ ਕਰਨ ਤੋਂ ਬਾਅਦ ਵੀ ਜਿਉਂਦਾ ਰਹਿ ਸਕਦਾ ਹੈ ਤੇ ਮੇਰਾ ਖਿਆਲ ਹੈ ਕਿ ਅਸੀਂ ਸੱਚ ਬੋਲ ਕੇ ਜਿਉਂਦੇ ਰਹਿ ਸਕਦੇ ਹਾਂ ਸਾਡੀ ਕੌਮ ਨੇ ਕੀ ਕੀਤਾ ਇੱਕ ਮਿੰਟ ਉਹਦੀ ਦੀਵਾਨ ਟੋਡਰਮੱਲ ਦੀ ਹਵੇਲੀ ਤੱਕ ਤਾਂ ਗੁਲਾਮ ਕਰ ਦਿੱਤੀ ਗਈ ਇੱਕ ਮਿੰਟ ਮੈਨੂੰ ਆਪਣੇ ਬਾਰੇ ਕੋਈ ਭੁਲੇਖਾ ਨਹੀਂ ਜੀ ਨਾ ਕੋਈ ਗਲਤ ਫਹਿਮੀ ਹੈ ਮੇਰੀ ਅਵਸਥਾ ਉਸ ਚਿੜੀ ਵਰਗੀ ਹੈ ਜਿਹੜੀ ਜੰਗਲ ਦੇ ਵਿੱਚ ਲੱਗੀ ਹੋਈ ਅੱਗ ਨੂੰ ਆਪਦੀ ਚੁੰਝ 'ਚ ਪਾਣੀ ਦੀਆਂ ਬੂੰਦਾਂ ਭਰ ਭਰ ਕੇ ਬੁਝਾਉਣ ਦੀ ਕੋਸ਼ਿਸ਼ ਕਰ ਰਹੀ ਸੀ ਤੇ ਜੰਗਲ ਦੇ ਪਰਿੰਦੇ ਉੱਤੇ ਹੱਸਣ ਲੱਗ ਪਏ ਕਿ ਤੂੰ ਅੱਗ ਬੁਝਾਏਂਗੀ ਉਹ ਕਹਿੰਦੀ ਨਹੀਂ ਮੈਨੂੰ ਪਤਾ ਮੈਂ ਅੱਗ ਨਹੀਂ ਬੁਝਾ ਸਕਦੀ ਪਰ ਅੰਤ ਨੂੰ ਜਦੋਂ ਕਿਤੇ ਹਿਸਾਬ ਹੋਏਗਾ ਤਾਂ ਮੇਰਾ ਨਾਮ ਅੱਗ ਬੁਝਾਉਣ ਵਾਲੇ ਵਿੱਚ ਆਏਗਾ ਅੱਗ ਲਗਾਉਣ ਵਾਲੇ 'ਚ ਨਹੀਂ ਆਏਗਾ ਸੋ ਮੈਨੂੰ ਕੋਈ ਗਲਤ ਫਹਿਮੀ ਨਹੀਂ ਇੱਕ ਗੱਲ ਤੁਸੀਂ ਆਪਣੇ ਚੁੰਝ 'ਚ ਪਾਣੀ ਪਾਇਆ ਇੱਥੇ ਅਸੀਂ ਪਾ ਰਹੇ ਹਾਂ ਕਿਹੜੀ ਫਿਲਮ ਨਾਲ ਪਾਇਆ ਸਰਵਨਾਸ਼ ਨਹੀਂ ਪਾਇਆ ਸਰਵਨਾਸ਼ ਨਸ਼ਿਆਂ ਦੀ ਹੈ ਮੈਂ ਧਰਮ ਦੀ ਗੱਲ ਕਰ ਰਿਹਾ ਜਿਸ ਨੂੰ ਗੁਰੂ ਨੇ ਤੁਹਾਨੂੰ ਸੁਨੇਹਾ ਦੇਣ ਲਈ ਘੱਲਿਆ ਇੱਥੇ ਅਸੀਂ ਗੁਰਬਾਣੀ ਦੇ ਕੌਤਕ ਅੱਜ ਵੀ ਚੰਡੀਗੜ੍ਹ ਵਿਖਾ ਰਹੇ ਹਾਂ ਕੱਲ੍ਹ ਨੂੰ ਵਿਖਾ ਰਹੇ ਪਿਛਲੇ ਕਾਫੀ ਦਿਨਾਂ ਤੋਂ ਜਿਹੜੀ ਕੌਮ ਗੁਰੂ ਦੇ ਨਾਂ ਤੇ ਨਹੀਂ ਚੱਲ ਰਹੀ ਜਿਹੜੇ ਕਾਰਨਾਂ ਕਰਕੇ ਨਹੀਂ ਚੱਲ ਰਹੀ ਉਸ ਵਿਸ਼ੇ ਤੇ ਕੋਈ ਗੱਲ ਕਰਨ ਨੂੰ ਤਿਆਰ ਨਹੀਂ ਇੱਕ ਗੱਲ ਤੁਹਾਨੂੰ ਮੈਂ ਹੋਰ ਕਹਿ ਦਿਆਂ ਕਿ ਆਪਾਂ ਨਾ ਇਸ ਭੁਲੇਖੇ 'ਚ ਨਾ ਪਿਆ ਕਰੀਏ ਕਿਉਂਕਿ ਜਿਹੜੇ ਲੋਕਾਂ ਨੂੰ ਇੱਕ ਸੱਜਣ ਠੱਗ ਨੂੰ ਇੱਕ ਕੌਡੇ ਰਾਕਸ਼ ਨੂੰ ਮੇਰੇ ਗੁਰੂ ਨੇ ਇੱਕ ਵਾਰੀ ਉਪਦੇਸ਼ ਦਿੱਤਾ ਤੇ ਉਹ ਬੰਦੇ ਦਾ ਪੁੱਤ ਬਣ ਗਿਆ ਅਸੀਂ ਸਾਰੇ ਕੌਡੇ ਰਾਕਸ਼ਾਂ ਤੇ ਵਲੀ ਕੰਧਾਰੀਆਂ ਤੇ ਸੱਜਣ ਠੱਗਾਂ ਨਾਲੋਂ ਵੱਡੇ ਠੱਗ ਹੈ ਅਸੀਂ ਰੋਜ਼ ਬਾਣੀ ਸੁਣਦੇ ਹਾਂ ਫਿਰ ਅਸੀਂ ਬੰਦੇ ਦੇ ਪੁੱਤ ਨਹੀਂ ਬਣਦੇ ਅਸੀਂ ਉਹੀ ਕੁੱਤਪੋ ਕਰਦੇ ਰਹਿੰਦੇ ਹਾਂ ਇਸ ਕਰਕੇ ਮੈਨੂੰ ਕੋਈ ਭੁਲੇਖਾ ਨਹੀਂਗਾ ਕਿਸੇ ਦਾ ਕੰਮ ਹੈ ਜੇਬਾਂ ਕੱਢਣਾ ਕਿਸੇ ਦਾ ਕੰਮ ਹੈ ਨਸ਼ਾ ਵੰਡਣਾ ਤੇ ਕਿਸੇ ਦਾ ਕੰਮ ਉਹਨਾਂ ਨੂੰ ਛਡਾਉਣਾ ਉਹ ਆਪਦਾ ਰੋਲ ਨਿਭਾ ਰਹੇ ਅਸੀਂ ਆਪਦਾ ਨਿਭਾ ਰਹੇ ਹਾਂ ਉਹਨਾਂ ਨੂੰ ਆਪਦਾ ਨਿਭਾਉਣ ਦੇ ਆਪੇ ਬੀਜ ਆਪੇ ਹੀ ਖਾਓ ਇਹ ਜੇ ਮਾੜਾ ਬੀਜਣਗੇ ਤਪੋ ਰਾਜ ਤੇ ਰਾਜੋ ਨਰਕ ਬਈ ਮੈਂ ਨਹੀਂ ਕਹਿੰਦਾ ਗੁਰਬਾਣੀ ਕਹਿੰਦੀ ਹੈਗੀ ਹੈ ਗ੍ਰੰਥ ਕਹਿੰਦੇ ਹੈਗੇ ਮਹਾਂਪੁਰਸ਼ ਕਹਿੰਦੇ ਹੈ ਜੇ ਅਜੇ ਵੀ ਕੋਈ ਬੰਦਾ ਸਾਨੂੰ ਨਾ ਲੈਣ ਦੀ ਲੋੜ ਨਹੀਂ ਕਿਉਂਕਿ ਹਰ ਆਦਮੀ ਟੰਬਾ ਲਈ ਫਿਰਦਾ ਹਰ ਆਦਮੀ ਦੇ ਕੋਲੇ ਤਾਕਤ ਆ ਨਾਰੇਬਾਜ਼ੀ ਕਰਨ ਲੱਗ ਪੈਂਦੇ ਨਹੀਂ ਮੈਂ ਨਹੀਂ ਕਹਿੰਦਾ ਕਿ ਉਹ ਗਲਤ ਹੈ ਤੁਸੀਂ ਦੇ ਧਿਆਨ ਦਿਓ ਇਸ ਗੱਲ ਤੇ ਮੈਂ ਨਹੀਂ ਕਹਿੰਦਾ ਉਹ ਗਲਤ ਹੈ ਨਾ ਸਮਝ ਹੈ ਤੁਸੀਂ ਨਾ ਸਮਝੀ ਦੇ ਨਾਲ ਜੋ ਕੁਛ ਵੀ ਕਰ ਰਹੇ ਹੋ ਇਹ ਭਾਈ ਤੁਹਾਨੂੰ ਵੱਢਣਾ ਪੈਣਾ ਜੇ ਤੁਹਾਨੂੰ ਰਾਜ ਮਿਲਿਆ ਤੁਸੀਂ ਚਾਹੁੰਦੇ ਹੋ ਹਮੇਸ਼ਾ ਹੀ ਰਾਜ ਮਿਲਦਾ ਰਹੇ ਤਾਂ ਆਵਾਮ ਦੀ ਸੇਵਾ ਕਰੋ ਆਵਾਮ ਦੇ ਵਿੱਚ ਰੱਬ ਵੱਸਦਾ ਹੈ ਆਵਾਮ ਦੀ ਆਵਾਜ਼ ਰੱਬ ਦੀ ਆਵਾਜ਼ ਹੁੰਦੀ ਹੈ ਤੇ ਇਹਦਾ ਪ੍ਰਮਾਣ ਇਹ ਹੈ ਕਿ ਆਵਾਮ ਹੀ ਚੱਕ ਕੇ ਤਖ਼ਤ ਤੇ ਤਾਉਸ ਤੇ ਪਾਉਂਦੀ ਹੈ ਤੇ ਆਵਾਮ ਹੀ ਚੱਕ ਕੇ ਥੱਲੇ ਵਾੜ ਦਿੰਦੀ ਹੈ ਬੰਦੇ ਨੂੰ ਇਹ ਇਹਨਾਂ ਨੂੰ ਸਮਝਣਾ ਚਾਹੀਦਾ ਹੈਗਾ ਜੇ ਇਹ ਲੋਕਾਂ ਦੀ ਸੇਵਾ ਕਰਨ ਕੋਈ ਮਾਈ ਦਲਿਆਂ ਦੀ ਹਵਾਲੇ ਨਹੀਂ ਝਾਕ ਸਕਦਾਗਾ ਪਰ ਤਪੋ ਰਾਜ ਤੇ ਰਾਜੋ ਨਰਕ ਇਹਨਾਂ ਨੂੰ ਸਮਝਣ ਦੀ ਲੋੜ ਹੈ ਬਿਲਕੁਲ ਠੀਕ ਹੈ ਇਹ ਜਿਹੜੀ ਗੱਲ ਸਮਝਾਉਣਾ ਜਿਹੜਾ ਸੁਨੇਹਾ ਤੁਸੀਂ ਹੁਣ ਦਿੱਤਾ ਇਸ ਤਰ੍ਹਾਂ ਦਾ ਸੁਨੇਹਾ ਦੇਣ ਦੀ ਲੋੜ ਹੈ ਬਿਲਕੁਲ ਸਹੀ ਗੱਲ ਹੈ ਇਹਦੇ ਨਾਲ ਹੀ ਜਿਹੜੀ ਤੁਸੀਂ ਗੱਲ ਕੀਤੀ ਹੈ ਮੇਰੇ ਸ਼ਾਇਰ ਦੋਸਤ ਆ ਉਹਦੇ ਬਹੁਤ ਵਧੀਆ ਲੈਣਾ ਕਦੇ ਕੰਮ ਆ ਜਾਣਗੇ ਤੁਹਾਡੇ ਕਿ ਜਦੋਂ ਦੁਨੀਆ ਨਹੀਂ ਬਦਲਦੀ ਕਿਉਂ ਬਦਲੇ ਦਰਵੇਸ਼ ਦਰਵੇਸ਼ ਨੂੰ ਵੀ ਬਦਲਣ ਦੀ ਲੋੜ ਨਹੀਂ ਅਗਲਾ ਸਵਾਲ ਹੁਣ ਜਦੋਂ ਕਿ ਇਸ ਤਰ੍ਹਾਂ ਦੇ ਹਾਲਾਤ ਦੇ ਵਿੱਚ ਜਿਹੜਾ ਜਿਹਦਾ ਤੁਸੀਂ ਹੁਣ ਜ਼ਿਕਰ ਕੀਤਾ ਕਿ ਉਹਨਾਂ ਨੂੰ ਸਮਝ ਲੈਣਾ ਚਾਹੀਦਾ ਜੇ ਨਹੀਂ ਸਮਝਦੇ ਤਾਂ ਵੀ ਮੰਗਲ ਢਿੱਲੋਂ ਆਪਦਾ ਕੰਮ ਕਰਦਾ ਰਹੂਗਾ ਇਹ ਤਾਂ ਗੱਲ ਇਹਦਾ ਯਕੀਨ ਬਿਲਕੁਲ ਤੁਹਾਨੂੰ ਹੈ ਮੈਂ ਇਹਦੇ 'ਚ ਇੱਕ ਬਿਲਕੁਲ ਵੱਖਰੇ ਕਿਸਮ ਦਾ ਸਵਾਲ ਤੁਹਾਨੂੰ ਹੁਣ ਕਰਨਾ ਚਾਹੁੰਦਾ ਕਿ ਮੰਗਲ ਢਿੱਲੋਂ ਜਿਹੜਾ ਕਿ ਲਗਾਤਾਰ
तुहानूं जिहड़ा है आर्थिक सहायता नहीं मिलती तो उस दा की भविख दे विच की नजरिया है कि किस तरीके नाल अपना यह पहलू नूं स्ट्रोंग करूगा। एक तो असीं संगत कोले जा रहे हैं क्योंकि संगत गुरु का रूप हुंदी है जी, संगत नाल सीधा राबता कायम कर रहे हैं असीं जी। दूसरा एक तुहानूं गल मैं यह मेरी व्यक्तिगत तजर्बा है फीलिंग है कि जिवें जिवें पहला इतिहास नाल जुड़े फिर अगे हौली हौली जुड़ते जुड़ते गुरबाणी नाल जुड़ के आके आदमी विरक्त होने लग पैंदा है, आदमी भाणे नूं मन्नण लग पैंदा है, आदमी जिहड़ा पहला कहिंदा ना कि वी आह कर दूं आह कर दूं, नहीं करन वाला तां उह करता पुरख इक्को ही है होर कोई नहीं गा, जो उहने करना है जो उहने करवाउणा उहने करवा देणा हैगा। सो हो सकदा कि आउण वाले समें दे विच थोड़ी जिही गल मेरी समझ आई है तो मैं भज्जा फिरदा कुछ करिए कुछ कमा लिए खट लिए कुछ कर जाइए लोगों से पुन खट लिए लोगों रब ना जोड़ लिए गुरु ना जोड़ लिए सब तो वड्डा पुन यही है, इस तो वड्डा होर कोई पुन नहीं, मेरा स्वार्थ है उहदे पिछे। पर हो सकता कि आने वाले समय के जिवें जिवें गहराई वधदी गई सुन की गहराई वधदी गई मनण की गहराई वधदी गई मैं विरक्त हो जाँ, मैं कितने आपका बैठ जा तो मैं कहां सब गोबिंद है कोई लोड़ ही नहीं, क्यों आप कच्चा धुआं मारी जाइए, क्यों आप दंदियां चढ़ाई जाइए, क्यों आप आलोचनावां करी जाइए, क्योंकि जिवें आप अक्सर आले दुआले ये नहीं बदल सकते बंदे, इन्हां नूं परमात्मा बदले तो बदले, उसकी सोच उसका कर्म उसकी प्रारब्ध बदले तो बदले, अदरवाइज कोई बदल नहीं सकता। एक गल दूसरा असीं संगत कोले जा रहे हैं, तुहाडा सवाल सीगा असीं संगत नाल डायरैक्टली गल करदे जिथे फिल्म खाने उत्थे 2000-3000 जिनी संगत बैठी हुंदी है असीं उन्हां नूं कहिंदे सारियां कोशिशां कर लीआं गल बणी नहीं, कितने कितने कोई जिंदे बंदे मिलते हैं कुछ एनआरआई कोई जिंदा मिल गया कोई सहकदा मिल गया या कोई यहोजा बंदा कितने टक्कर जाता है तो साडे नाल खड़ा सानू हौसला मिलता है। पर जदों कोई आदमी आके ये कहता है कि भाई साहब मेरे इन्ने सवाल से मैं सारी जिंदगी गुरुद्वारे आउंदा रहण सवाइया हुई इत्थे कथा करन वाले वड्डे वड्डे महापुरश आए मेरे सवालों का जवाब नहीं मिलिया, अज तुहाडी फिल्म वेख के सारे सवालों का जवाब कोई सवाल ही नहीं रहा तो मैं उन्होंने भरे गले नाल गल ला लेना तो कहना ये तू नहीं बोल रहा मेरा गुरु बोल रहा मैंने हौसला देने वास्ते कायम रहा मैं तेरे नाल है। गुरु का आपका ढंग है जे वह गुरु रूप में इतने आए शरीरक रूप एक इंसानी रूप में आए तो उन्होंने भी बड़िया मुश्किल हंटाइया जो चाहते तो करामात कोई करके तो कौतक करके आपका कर लेंगे पर नहीं एक इंसानी जैमे दशकल हैं लिमिटेशन है वो दुनिया को विखाते करके जे प्रॉफिट मुहम्मद साहब आए तो उन्होंने किनिया जंगा लड़िया यानी जिधर भी तुम क्राइस्ट है उन्होंने सलीब से टंगता उन्होंने विखाया करके आपके आप को सलीब से चढ़े हुए भी यह कह रहे हैं कि मेरे साहब इन्होंने माफ करी इन्होंने पता नहीं की कर रहे हैं। गुरु ने यह हौली हौली जी सोझी दी है वो ना हो सकता मैं अंतरमुखी हो जावा मैं आ जी गलबात आप करें यह भी ना करा खरिया खरिया की बजाय कहना सब गोबिंद है पर संगत नाल असीं यह गल्लां सांझियां करनियां शुरू करती हैं कुछ लोग साडे नाल जुड़ रहे हैं सानूं उम्मीद है कि आने वाले समय के इंटरनेशनल लैवल से जिहड़े जागदे जिउंदे सिख दीआं रूहां वाले सिख ने वह साडे नाल जुड़नगे तो एक बहुत वड्डी लहर बनूगी और अंत नूं जिहड़ियां समस्यावां साडे सामने अज आ रही हैं इन्हां दा समाधान अपने आप होना शुरू हो जाएगा। प्यारे दर्शको तुसीं मंगल ढिल्लों दीआं गल्लां सुणियां खरीआं गल्लां सुणियां इन्हां ने जो तुहाडे सामने अपना सपना रख्या जो इन्हां नूं लग रहा है कि जो गुरु ने इन्हां दी सेवा इन्हां दे सिर लाई है जिस तरीके नाल कर रहे ने इन्हां ने इन्हां दे कोई गिले शिकवे ने गिले शिकवे ते नाल इन्हां दा स्नेहा भी है कि जे किसी ने राज करना है उन्हां लोकां दी सेवा करनी पैनी है तो चाहीदी है उहदी सेवा करनी। यह जिहड़ी सेवा सिख कौम दी अपनी फिल्मां दे राहीं करना चाहुंदे ने उहदे लई इन्हां ने सारे जिहड़े पंजाबियां दे सामने सारे सिखां दे सामने अपने जिहड़े मन दे जज्बात अपने बलबले रखे ने इन्हां दे जिहड़े सुपने ने असी आस भी करते हैं तो अरदास भी करते हैं कि वह हकीकत बदलन। ढिल्लों साहब तुम साडे स्टूडियो दे आए ते तुसी खरियां गल्लां कीतियां तुहाडा बहुत बहुत धन्यवाद। तुहाडा भी बहुत बहुत धन्यवाद। एक खरी गल जे हर सिख इन्हां फिल्मां दी एक एक डीवीडी लै लवे जी mangalढिल्लों.com ते जा उड़े तो मैं समझदा सारा सिख इतिहास संभाला जाएगा प्रचारा जाएगा तो पंजाब दी नुहार बदली जा सकती है। बहुत बहुत थैंक यू सत श्री अकाल।